ਹਾਏ, ਮੈਂ ਤਾਂ ਸਨੀ ਨੂੰ ਦੱਸਣ ਨਹੀਂ ਡਈ। ਇਹਨੂੰ ਕਿਤੇ ਬਾਹਰੋਂ ਪਤਾ ਲੱਗ ਗਿਆ ਤੇ ਫਿਰ ਮੇਰੇ ਨਾਲ ਇਹਨੇ ਲੜਨਾ ਵਾ ਕਿ ਤੂੰ ਨਹੀਂ ਦੱਸਿਆ ਮੈਨੂੰ। ਹੁਣ ਕੀ ਕਰਾਂ, ਦੱਸਾਂ ਕਿ ਨਾ ਦੱਸਾਂ? ਹਾਏ, ਕਿਤੇ ਗੁੱਸੇ 'ਚ ਕੁਛ ਹੋਰ ਨਾ ਕਰ ਬੈਠੀ। ਨਾ ਦੱਸਿਆ ਤੇ ਫਿਰ ਵੀ ਪੰਗਾ ਵਾ, ਬਾਹਰੋਂ ਪਤਾ ਲੱਗਾ ਤੇ ਹੋਰ ਨਾ ਕੋਈ ਘਰ ਚੰਨ ਚਾੜ ਦੇ। ਵੇਹਨੀ ਆ ਗੱਲ ਕਰੀਏ ਕਿੱਦਾਂ ਬੋਲਦੇ। ਸਨੀ हाँ? ਆਇਓ ਹਾਂ ਜਰਾ ਕ। हाँ? ਮੈਂ ਗੱਲ ਕਰਨੀ ਤੁਹਾਡੇ ਨਾਲ ਇੱਕ। ਮੈਂ ਦੱਸ। ਬਹੁ ਇੱਥੇ ਆਰਾਮ ਨਾਲ। हाँ? ਮੈਂ ਤੁਹਾਡੇ ਨਾਲ ਗੱਲ ਕਰਨੀ ਆ ਤੇ ਗੁੱਸਾ ਨਾ ਕਰਿਓ ਤੇ ਬੋਲਿਓ ਨਾ ਬਹੁਤਾ। ਦੱਸ ਗੱਲ। ਗੱਲ ਮੈਂ ਕਰਨੀ ਵੀ ਨਵ ਨਾ ਜਿਹੜੀ ਸਾਡੀ ਅਮਨ ਜਿਹੜੀ ਆ ਉਹ ਸਿਲਾਈ ਸਿੱਖਣ ਇੱਥੋਂ ਮੰਮੀ ਨੇ ਘਲਾਤਾ ਸੀ, ਉਹਨੂੰ ਤੁਹਾਨੂੰ ਪਤਾ ਤਾਂ ਹੈਗਾ ਵਾ, ਆਹੋ ਹਨਾ? ਤੇ ਉਹ ਸਿਲਾਈ ਸਿੱਖਣ ਗਈ ਸੀ, ਉਹ ਹੋਰ ਕਿਤੇ ਪਤਾ ਕੀਤਾ ਸੀ ਉਹਨੇ। ਤੇ ਉਹ ਜਿੱਥੋਂ ਸਿਲਾਈ ਸਿੱਖਦੀ ਆ ਉਹਦਾ ਕਹਿੰਦੀ ਜੀਵਨ ਵਾ ਕੋਈ ਨਾ ਆਂਟੀ, ਹਨਾ, ਬੁੱਢੀ ਦਾ ਨਾਂ ਜੀਵਨ ਵਾ। ਤੇ ਉਹਦੇ ਕਹਿੰਦੀ ਅਮਨ ਦੀ ਉਹਦੀ ਨਵ ਦੀ ਸੱਸ ਵਾ। ਤੇਰਾ ਦਿਮਾਗ ਖਰਾਬ ਆ ਤੇਰਾ? ਜੇ ਤੈਨੂੰ ਉਹਨੇ ਦੱਸਤਾ ਸੀ ਤਾਂ ਤੂੰ ਉੱਥੋਂ ਜਾਣ ਕੋ ਦਿੱਤੀ ਉਹਨੂੰ ਹਟਾਉਂਦੀ ਹਾਂ ਉੱਥੋਂ? ਦੱਸ, ਮੈਨੂੰ ਥੋੜਾ ਪਹਿਲਾਂ ਪਤਾ ਸੀ ਕਿ ਉੱਥੇ ਗਈ ਆ ਉਹ ਜਿੱਦਣ ਵੀ ਤੇਰੇ। ਤੈਨੂੰ ਪਤਾ ਲੱਗਾ ਉਦੋਂ ਹੀ ਹਟਾਉਂਦੀ ਹਾਂ ਉਹਨੂੰ। ਚਲੋ, ਤੁਸੀਂ ਹੁਣ ਇੱਦਾਂ ਕੋਈ ਡੈਮ, ਤੁਹਾਨੂੰ ਪਹਿਲਾਂ ਕਿਹਾ ਵੀ ਗੁੱਸਾ ਨਾ ਕਰਿਓ। ਹੁਣ ਦੱਸ ਮੈਨੂੰ ਉਹਦਾ ਬੜਾ ਆਉਣ ਡਿਆ ਵਾ ਵੀ ਚੱਲ ਜੇ ਗਈ ਵੀ ਸੀ ਭੱਜ ਤੂੰ ਮੈਨੂੰ ਕੇ। ਪਤਾ ਕਰਕੇ ਦੱਸ ਪਹਿਲੇ ਉਹਦਾ, ਨਾ ਮੈਂ ਵੇਖੀ ਕਿਤੇ ਵੱਟ ਕੇ ਉਹਨਾਂ ਦੋਵਾਂ ਨੂੰ। ਦੱਸ ਕੀ ਕਰਨ ਦੇ ਤੁਸੀਂ, ਕੀ ਹੋਰ ਕੋਈ ਸਿਆਪਾ ਪਾਉਣਾ ਵਾ? ਸਿਆਪਾ ਪਾਉਣਾ ਵਾ? ਉਹਦਾ ਨਾਂ ਨਾ ਲੈ ਮੇਰੇ ਲਾਗੇ, ਕੀ ਆਂਦੀ ਫਿਰ? ਕਹਿਣਾ ਕੀ ਆ, ਕਹਿੰਦੇ ਕਿ ਉਹ ਤੇ ਅੱਗੇ ਉੱਥੇ ਵੀ ਬੜੀ ਦੁਖੀ ਆ, ਉਹ ਘਰ ਵਾਲਾ ਉਹਦੇ ਵੀ ਨਸ਼ੇ ਕਰਦਾ ਵਾ। ਚੰਗਾ ਸਗੋਂ ਮੈਂ ਤੇ ਕਹਿੰਦਾ ਜਿਹੜਾ ਅੱਜ ਕੱਲ ਮਰਨਾ ਅੱਜ ਮਰੇ। ਦੱਸ ਕੀ ਉਹਦਾ ਕਰਨ ਦੇ ਚਾਹੀਦੀ ਇੱਦਾਂ ਹੀ, ਤੁਸੀਂ? ਮੈਂ ਕਹਿੰਦਾ ਚੰਗਾ ਉਹਨੇ ਇੱਦਾਂ ਹੀ ਚਾਹੀਦੀ, ਜਿੰਨੀ ਸਾਡੀ ਜਿੱਤਨੀ ਰੱਖੀ ਉਹਦਾ ਆਪਾਂ ਕਿਉਂ ਸੋਚੀਏ ਹੁਣ? ਨਹੀਂ ਤੁਹਾਡੀ ਭੈਣ ਵਾ, ਤੁਸੀਂ ਇੱਦਾਂ ਕਿੱਦਾਂ ਕਹਿਣ ਡਏ? ਮੇਰੀ ਭੈਣ ਉਦਣ ਹੀ ਮਰ ਗਈ ਜਿੱਦਣ ਉਹ ਘਰੋਂ ਨਿਕਲ ਗਈ। ਦੱਸ ਇੱਦਾਂ ਨਾ ਕਰੋ। ਮੇਰੀ ਕੋਈ ਭੈਣ ਨਹੀਂ ਹੈਗੀ, ਨਾ ਹੀ ਉਹ ਘਰ 'ਚ ਉਹਦਾ ਕੋਈ ਨਾਮ ਨਹੀਂ ਲੈਣਾ ਉਹਦਾ ਕਿਸੇ ਨੇ, ਠੀਕ ਆ? ਭੁੱਖ ਨਹੀਂ ਲੱਗਦੀ ਉਹ ਘਰ ਦੀ, ਮਰ ਗਈ ਉਦਣ ਦੀ ਉਹ। ਦੱਸ ਵੀ ਮੈਂ ਉਸਦੀਆਂ ਗੱਲਾਂ ਸੁਣ ਰਹੀ ਹਾਂ ਤੇ ਮੈਨੂੰ ਬੜਾ ਦੁੱਖ ਹੋਣ ਡਿਆ ਵੀ ਚੱਲ ਜਿੱਦਾਂ ਮਰਜ਼ੀ ਆਪਾਂ ਉਹਨਾਂ ਲੜਦੇ ਹਾਂ, ਜਿੱਦਾਂ ਮਰਜ਼ੀ ਮੈਂ ਗੁੱਸਾ ਕਰਨੀ ਆ, ਪਰ ਹੁਣ ਫਿਰ ਤਰਸ ਹੋਣ ਡਿਆ ਕਿੱਦਾਂ ਉਹ ਦੁੱਖ ਕੱਟਣ ਡਈ ਆ ਉੱਥੇ। ਤਰਸ ਉਹਨੂੰ ਨਹੀਂ ਆਇਆ? ਉਹਨੂੰ ਕਿਉਂ ਨਹੀਂ ਤਰਸ ਆਇਆ ਸਾਡਾ ਵੀ ਮੈਂ ਇਹ ਕੰਮ ਕਰ ਦੂੰਗੀ ਤੇ ਇਹਨਾਂ ਦਾ ਕੀ ਬਣੂੰਗਾ? ਉਹਨੂੰ ਆਇਆ ਤਰਸ? ਤੇ ਤੁਸੀਂ ਹੁਣ ਇੱਦਾਂ ਨਾ ਕਰੋ। ਇੱਦਾਂ ਨਾ ਕਰੋ, ਤੂੰ ਸਾਰੀਆਂ ਗੱਲਾਂ ਛੱਡ, ਤੂੰ ਮੈਨੂੰ ਨੰਬਰ ਦੇ ਅਮਨ ਦਾ, ਮੇਰੀ ਗੱਲ ਕਰਵਾ, ਮੈਂ ਉਹਦਾ ਪਤਾ ਪੁੱਛਾਂ ਇਹਨਾਂ ਨੂੰ, ਮੈਂ ਹੁਣ ਜੀਣ ਨਹੀਂ ਦੇਣਾ ਵੇਖੀ, ਇਹ ਦੋਵੇਂ ਵੱਢੂਗਾ ਹੁਣ ਮੈਂ ਵੇਖੀ। ਦੱਸ, ਮੈਂ ਤੁਹਾਨੂੰ ਦੱਸਣ ਡਈ ਆ ਵੀ ਅੱਗੇ ਉਹ ਉੱਥੇ ਦੁਖੀ ਆ ਤੇ ਤੁਸੀਂ ਹੋਰ ਇਦਾਂ ਹੋਰ ਇਹਨੂੰ ਨਾ ਦੁਖੀ ਤਾਂ ਪਾਉਣਾ, ਇਹਨੂੰ ਦੱਸੂਗਾ ਹੁਣ ਮੈਂ ਕਿੱਦਾਂ ਕਰੀਦਾ ਨਾ ਇਹ ਕੰਮ, ਇਹਦੇ ਨਿਗਾ ਨਿਗਾ ਟੋਟੇ ਕਰਕੇ ਰੋੜ ਕੇ ਆਊਂਗਾ ਦੋਵਾਂ ਦੇ ਵਿੱਚ। ਦੱਸ ਕਿਉਂ ਕਰਨ ਡਈ ਇਦਾਂ? ਕਿਹੜੀ ਗੱਲ ਲੜਦੇ ਜੀ? ਦੱਸ। ਕੁਛ ਨਹੀਂ ਮੰਮੀ, ਉਹ ਅਮਨ ਨੇ ਦੱਸਿਆ ਸੀ ਵੀ ਉਹ ਨਾ ਬਾਰੇ। ਕੀ ਨਾ ਬਾਰੇ? ਵੀ ਉਹ ਕਿੱਥੇ ਵਿਆਹੀ ਆ। ਉਹਨੂੰ ਕਿੱਦਾਂ ਪਤਾ ਲੱਗਾ? ਉਹ ਸਿਲਾਈ ਸਿੱਖਣ ਗਈ ਸੀ ਉੱਥੇ ਤੇ ਉਹਨੂੰ ਕਿਹਨੇ ਦੱਸਿਆ ਸੀ ਵੀ ਉਹ ਆਂਟੀ ਵਧੀਆ ਸਿਖਾਉਂਦੀ ਆ ਤੇ ਉਹ ਨਵ ਦੀ ਸੱਸ ਨਿਕਲੀ ਆ। ਜੇ ਇਹਨੂੰ ਪਤਾ ਲੱਗ ਗਿਆ ਸੀ ਕਿ ਇਹ ਨਾ ਉੱਥੇ ਜਾਂਦੀ। ਮੰਮੀ ਹੁਣ ਇਹਨੂੰ ਕੀ ਪਤਾ ਸੀਗਾ ਵੀ ਕੀ ਗੱਲ ਤੇ ਕੀ ਨਹੀਂ? ਮੰਮੀ ਮੈਂ ਕਢਵਾ ਕੇ ਨਾ ਉਹਦਾ ਪਤਾ ਦੋਵੇਂ ਵੱਢ ਕੇ ਆਉਂਗਾ ਹੁਣ ਹੁਣ ਮੈਂ ਜੀਣ ਨਹੀਂ ਦੇਣੇ ਵੇਖੀ। ਦੱਸੋ ਅੱਗੇ ਮੈਂ ਕਹਿਣ ਦੀ ਕਿ ਉੱਥੇ ਬੜੀ ਪਹਿਲੇ ਤਾਂ ਮੈਨੂੰ ਦੁਖੀ ਇਹ ਆ। ਨਾ ਪਤਾ ਵੀ ਕਿੱਥੇ ਆ ਕਿੱਥੇ ਨਹੀਂ, ਹੁਣ ਤੇ ਪਤਾ ਲੱਗ ਗਿਆ ਵੀ ਕਿੱਥੇ ਆ, ਠੀਕ ਆ? ਚੁੱਪ ਕਰਕੇ ਨਾ ਆਪਣੇ ਘਰ ਬਹਿ ਜਾ ਅਰਮਾਨ ਨਾ। ਚੱਲ ਜਿੱਦਾਂ ਦੀ ਵੀ ਹੈਗੀ ਮਾੜੀ ਚੰਗੀ, ਫਿਰ ਵੀ ਤੇਰੀ ਭੈਣ। ਮੇਰੀ ਭੈਣ ਮਰ ਗਈ ਉਦਣ ਦੀ, ਮੇਰੀ ਭੈਣ ਨਹੀਂ ਹੈਗੀ ਉਹ, ਨਾ ਹੀ ਉਹ ਘਰ ਦੀ ਕੋਲ ਲੱਗਦੀ ਆ। ਕੋਈ ਨੀ ਮਰ ਲੈਂਦੇ ਉਹਨੂੰ, ਦੁਖੀ ਆ ਤੇ ਉਹਦਾ ਨਾਂ ਨੀ ਲੈਣਾ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨੀ ਜੇ, ਤੈਨੂੰ ਮੈਂ ਦੱਸਦਾ।
ਪਹਿਲਾਂ ਮੈਨੂੰ ਇਹ ਦੱਸ, ਇਹਨੂੰ ਦੱਸਣ ਹੁਣ ਕਿੰਨੀ ਕੁ ਤੇਰੀ ਵੇਲਣੇ ਦੇ ਬਾਂਹ ਆਈ, ਤੇਰੀ ਜ਼ਬਾਨ ਅੰਦਰ ਨਹੀਂ ਰਹਿੰਦੀ ਹੈਗੀ। ਦੱਸ, ਮੈਂ ਤਾਂ ਕਹਿਣ ਡਈ ਵੀ ਬਾਹਰੋਂ ਉਹਨੂੰ ਫਿਰ ਕਿਤੇ ਪਤਾ ਲੱਗੂਗਾ ਤੇ ਮੈਂ ਦੱਸ ਦਿੰਦੀ ਹਾਂ, ਫਿਰ ਮੇਰੇ ਦੁਆਲੇ ਹੋ ਜਾਣਾ ਵਾ ਵੀ ਤੈਨੂੰ ਪਤਾ ਸੀ ਤੇ ਤੂੰ ਦੱਸਿਆ ਨੀ ਗਾ। ਤੇਰੇ ਦਿਲ 'ਚ ਇਹ ਨਾ ਹੋਏ ਵੀ ਮੈਂ ਐਡੀ ਸ਼ਦੈਣ ਆ ਜਾਂ ਮੈਂ ਅੱਖਾਂ 'ਤੇ ਪੱਟੀ ਬੱਧੀ ਆ, ਜਿੱਦਾਂ ਤੂੰ ਆਪਣੀ ਭੈਣ ਨਾਲ ਗੱਲਾਂ ਕਰਨੀਆਂ ਮੈਂ ਉੱਦਾਂ ਸਾਰੀਆਂ ਸੁਣ ਲਈਆਂ ਤੇਰੀਆਂ। ਇਹ ਤਾਂ ਤੇਰੇ ਦਿਲ 'ਚ ਵੀ ਮੰਮੀ ਐਡੀ ਭੋਲੀ ਆ ਵੀ ਉਹਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਲੱਗਣਾ ਹੈਗਾ। ਦੱਸ ਅੰਮੀ, ਮੈਨੂੰ ਤਾਂ ਅੱਗੇ ਉਹਦਾ ਬੜਾ ਤਰਸ ਆਉਣ ਡਿਆ ਵੀ ਅੱਗੋਂ ਵੀ ਉਹਨੂੰ ਮਾੜਾ ਹੀ ਟੱਕਰ ਆ ਉਹਦਾ, ਤੁਸੀਂ ਵੀ ਮੇਰੇ ਇੱਦਾਂ ਡਏ ਜੇ ਕਰਨ। ਕੀ ਕਰਾਂ, ਜਾਨ ਤਾਂ ਬਥੇਰੀ ਦੁਖੀ ਆ ਤੇਰੀਆਂ ਗੱਲਾਂ ਸੁਣ ਕੇ, ਪਰ ਹੁਣ ਮੇਰੀ ਕੋਈ ਵਾਹ ਨਹੀਂ ਜਾਂਦੀ। ਉਹਨੇ ਹੁਣ ਜਦੋਂ ਸਾਡੀ ਇੱਜ਼ਤ ਹੀ ਨਹੀਂ ਰੱਖੀ ਤੇ ਦੱਸ ਮੈਂ ਇਹਨਾਂ ਦੇ ਅੱਗੇ ਕੀ ਕਰਾਂ। ਨਾ ਹੁਣ ਮੁੰਡਾ ਮੰਨਦਾ ਜੇ ਮੈਂ ਪਿਓ ਨਾਲ ਗੱਲ ਕੀਤੀ ਤੇ ਪਿਓ ਨੇ ਵੀ ਮੈਨੂੰ ਮਾਰਨ ਤੱਕ ਚੱਲ ਜਾਣਾ। ਦੱਸ ਅੰਮੀ, ਮੈਂ ਉਹਦੀਆਂ ਉੱਦਣ ਅਮਨ ਦੀਆਂ ਗੱਲਾਂ ਸੁਣੀਆਂ ਤੇ ਮੈਨੂੰ ਇੰਨਾ ਤਰਸ ਆਉਣ ਡਿਆ ਵੀ ਜੇ ਇੱਥੋਂ ਵੀ ਨਕੱਤੀ ਗਈ ਹੀ ਨਿਕਲ ਕੇ ਤੇ ਅੱਗੇ ਹੀ ਖੁਸ਼ ਰਹਿੰਦੀ। ਕੀ ਕਰਾਂ ਧੀਏ, ਮੇਰੀ ਬੜੀ ਜਾਨ ਤੰਗ। ਜਦੋਂ ਮੈਨੂੰ ਉਹਦਾ ਚੇਤਾ ਹੁੰਦਾ ਨਾ, ਮੈਨੂੰ ਤਾਂ ਧਰਮ ਨਾਲ ਰੋਣ ਹੀ ਆਉਣ ਡਿਆ ਪੈਂਦਾ ਵਾ। ਚੱਲ ਤੁਸੀਂ ਨਾ ਹੁਣ ਇੱਦਾਂ ਕਰੋ, ਮੈਂ ਤੇ ਆਪ ਇਹਨੂੰ ਦੱਸਿਆ ਵੀ ਕੀ ਪਤਾ ਹੈ ਕੋਈ ਕਰੇ ਵੀ ਚੱਲ ਭੈਣ ਵਾ ਮੇਰੀ ਤੇ ਮੈਂ ਚੱਲ ਵੇਖ ਕੀ ਬਣ ਡਿਆ ਨਾ। ਠੀਕ ਤਾਂ ਕਿੰਨੇ ਕੁ ਤੰਗ ਕਰਦੇ ਹੋਣਗੇ, ਚੰਗੀਆਂ ਭਲੀਆਂ ਨੂੰ ਨਹੀਂ ਜੀਣ ਦਿੰਦੇ। ਉਹ ਤਾਂ ਕਹਿੰਦੇ ਮਾਰਦਾ ਕੁੱਟਦਾ ਵੀ ਆ ਉਹਨੂੰ। ਹਾਏ ਮਾਮਾ ਅੱਗੇ ਕੀ ਕਰਦੀ ਹੋਊਗੀ ਮੇਰੀ ਧੀ, ਮੈਂ ਕੀ ਕਰਾਂ। ਮੇਰੀ ਵਾਹ ਜਾਏ ਤਾਂ ਮੈਂ ਰਾਤੋ ਦਿਨ ਨਾ ਕੱਢਾਂ, ਮੈਂ ਆਪਣੀ ਧੀ ਨੂੰ ਮਿਲ ਆਵਾਂ, ਪਰ ਹੁਣ ਜਾਣ ਜੋਗੀ ਨਹੀਂ ਕਰਾਂ ਕੀ। ਤੁਸੀਂ ਤੇ ਮੇਰੇ ਨਾਲ ਵੀ ਲੜਦੇ ਰਹਿੰਦੇ, ਮੈਂ ਜਿੱਦਾਂ ਮਰਜ਼ੀ ਉਹਨਾਂ ਗੁੱਸੇ ਹੁੰਦੀ ਰਹਿੰਦੀ ਹਾਂ, ਆਖਰ ਮੈਨੂੰ ਉਹ ਤੇ ਤਰਸ ਆਉਂਦਾ ਵਾ ਨਾ। ਚੱਲ ਨਾ ਕਰੋ ਇੱਦਾਂ ਹੁਣ, ਤੇ ਉਹਨੂੰ ਡੈਡੀ ਨੂੰ ਪਤਾ ਲੱਗ ਗਿਆ, ਉਹਨਾਂ ਨੇ ਫਿਰ ਤੁਹਾਡੇ ਦੁਆਲੇ ਵੀ ਹੋ ਜਾਣਾ ਵਾ। ਜੇ ਇਹਨੂੰ ਦੱਸ ਦਿੱਤਾ ਜੀ ਇਹਨੇ ਤੇਰੇ ਨੇ ਉਹਨੂੰ ਵੱਢ ਵੁੱਢ ਆਉਣਾ ਤੇ ਫਿਰ ਜੇਲ੍ਹਾਂ ਭੁਗਤਾਂਗੇ, ਕੀ ਕਰਾਂਗੇ। ਕੋਈ ਗੱਲ ਨਹੀਂ, ਕੁਛ ਨਹੀਂ ਕਰਦਾ। ਹਾਏ ਮੈਂ ਕੀ ਕਰਾਂ, ਮੇਰੀ ਬੜੀ ਜਾਨ ਔਖੀ ਆ ਜੀ। ਮੇਰੀ ਧੀ ਜੇ ਚੰਗੇ ਕੰਮ ਕਰਦੀ ਮੈਂ ਉਹਨੂੰ ਆਪ ਵਿਆਹੁੰਦੀ, ਨੀ ਕਿਤੇ ਮਿਲਦੀ ਗਿਲਦੀ ਰਹਿੰਦੀ, ਨੀ ਕਿਤੇ ਉਹਦਾ ਸਾਥ ਦਿੰਦੀ ਔਖੇ ਸਮੇਂ ਤੇ। ਚੱਲ ਮੰਮੀ ਚੁੱਪ ਕਰ, ਹੁਣ ਜੋ ਹੋਣਾ ਹੀ ਹੋ ਗਿਆ ਵਾ। ਮੈਂ ਤੇ ਤਾਂ ਦੱਸ ਬੈਠੀ ਵੀ ਕਿਤੇ ਬਾਹਰੋਂ ਨਾ ਪਤਾ ਲੱਗ ਗਿਆ ਫਿਰ ਸਾਡੇ ਦੁਆਲੇ ਹੋ ਜਾਣਾ ਇਹਨੇ। ਮੈਂ ਕੀ ਕਰਾਂ, ਮੇਰੇ ਕੋਲ ਨਹੀਂ ਹੁਣ ਜੀਆ ਜਾਂਦਾ, ਮੇਰਾ ਤਾਂ ਜੀ ਕਹਿੰਦਾ ਮੈਂ ਆਪ ਹੀ ਮਰ ਜਾਵਾਂ। ਉਹ ਚੱਲ ਜੇ ਗੱਲ ਬਣ ਜੇ ਤੇ ਹੋਰ ਕੀ ਚਾਹੀਦਾ। ਕਿੰਨੇ? ਅੱਛਾ ਚੱਲ ਇਹ ਆ ਵੀ 7000 ਰੁਪਇਆ ਬਚ ਜਾਇਆ ਕਰੋ ਖਰਚਾ ਖੁਰਚਾ ਕੱਢ ਕੇ। ਆਹੋ ਉਹ ਫਿਰ ਕੀ ਕਰਨਾ ਹੋਰ, ਚੱਲ ਆਰੇ ਲੱਗਾਂਗੇ ਐਵੇਂ ਘਰ ਦੇ ਮਿਹਣੇ ਮਾਰਦੇ ਰਹਿੰਦੇ ਨਾਲੇ। ਆਹੋ ਚੱਲ ਠੀਕ ਆ ਠੀਕ ਆ, ਫਿਰ ਕੋਈ ਨਹੀਂ ਮੈਂ ਦੱਸ ਦਾਂਗਾ ਜਿੱਦਣ ਦਾ ਜਾਣਾ ਫਿਰ। ਚਲੋ ਠੀਕ, ਚੰਗਾ ਜੀ। ਚੱਲ ਨਵਦੀਪ ਨੂੰ ਦੱਸਣਾ ਵੇਖੀ ਕਿੰਨਾ ਖੁਸ਼ ਹੁੰਦੀ ਹੈ। ਨਵਦੀਪ ਹੁਣ ਪਤਾ ਨਹੀਂ ਕਿੱਧਰੋਂ ਆਇਆ ਫਿਰਦਾ ਵੇਲਾ, ਕੋਈ ਕੰਮ ਕਾਰ ਇਹਨੂੰ ਹੈ ਨਹੀਂ। ਆ ਵੇਖੋ ਮੈਂ ਇੱਥੇ ਹਾਂ ਰਸੋਈ ਚ। ਕੀ ਬਣ ਰਿਹਾ? ਕੁਛ ਨਹੀਂ ਬਣਨਾ, ਕੀ ਹੈ? ਮੇਰੀ ਗੱਲ ਸੁਣ। ਸੁਣਾਓ। ਖੁਸ਼ਖਬਰੀ ਦੱਸਾਂ ਤੈਨੂੰ? ਦੱਸੋ। ਮੈਨੂੰ ਕੰਮ ਮਿਲ ਗਿਆ ਜੀ। ਕੰਮ ਮਿਲ ਗਿਆ, ਸਗੋਂ ਵਧੀਆ ਗੱਲ ਆ। ਤੇ ਪਤਾ ਕਿੰਨੀ ਤਨਖਾਹ ਜੀ? 7000 ਰੁਪਇਆ ਜੀ, ਤੇ ਕਹਿੰਦੇ 50 ਰੁਪਏ ਦਵਾਂ ਕਰਾਂਗੇ ਕਿਰਾਇਆ। 7000 ਵਾਲੀ ਮਿਲਣੀ ਸੀ ਤੁਹਾਨੂੰ, ਜੇ ਚਾਰ ਜਮਾਤਾਂ ਹੋਰ ਕੀਤੀਆਂ ਹੁੰਦੀਆਂ ਤੇ ਆਪੇ 40-50 ਵਾਲੀ ਮਿਲ ਜਾਂਦੀ। 40-50 ਵਾਲੀ ਹੈ ਨਾ, ਮੈਨੂੰ ਸਿੱਧਾ ਉੱਥੇ ਪਾਉਣਾ ਸੀ ਨਾ। ਆ ਲੋਕੀ ਇੰਨੇ ਪੜੇ ਫਿਰਨ ਦੇ ਨੇ, ਉਹਨਾਂ ਨੂੰ ਕੋਈ ਦੇਣ ਨਹੀਂ ਦਿਆ, ਨਾਲੇ ਤੂੰ ਹੀ ਪੜ੍ਹੀ ਹੈ, ਤੈਨੂੰ ਕਿਉਂ ਨਹੀਂ ਮਿਲ ਗਈ? ਮੈਨੂੰ ਤੁਸੀਂ ਕਿਤੇ ਜਾਣ ਹੀ ਨਹੀਂ ਦਿੰਦੇ, ਜਾਣ ਦਿਆ ਕਰੋ ਹਾਂ ਘਰੋਂ ਬਾਹਰ। ਤੇ ਜਾਇਆ ਕਰ, ਆਪਣੇ ਮਾਂ ਪਿਓ ਨਾਲ ਗੱਲ ਕਰੋ। ਮਾਂ ਤੁਹਾਡੇ ਤੇ ਘਰੋਂ ਬਾਹਰ ਪੈਰ ਨਹੀਂ ਪਾਉਣ ਦਿੰਦੀ ਹੈਗੀ, ਤੇ ਜਾਵਾਂ ਮੈਂ ਕਿੱਥੇ? ਯਾਰ ਮੈਂ ਤੈਨੂੰ ਦੱਸਾਂ ਡਿਆ, ਤੂੰ ਅੱਗੋਂ ਪੁੱਠੀ ਪੈਣ ਡਈ ਹੈ। ਮੈਂ ਉਦਾਂ ਗੱਲ ਕਰਨ ਦੀ ਹੈ ਕਿ 7000 ਚ ਕਿਹੜੇ ਖਰਚੇ ਪੂਰੇ ਹੋ ਜਾਣਗੇ? 7000 ਤੇ ਤੁਹਾਡੇ ਨਹੀਂ ਪੂਰੇ ਹੋਣੇ, ਤੇ ਮੇਰਾ ਤੁਸੀਂ ਕਿੱਥੋਂ ਚੁੱਕ ਲੈਣਾ ਵਾ? ਤੁਹਾਡਾ ਇਹੋ ਹਾਲ ਕਹਿਣਾ,
ਮੈਂ ਨਾ ਚੱਲ ਦੱਸਣਾ ਖੁਸ਼ ਹੋਈ ਗਈ ਅੱਗੋਂ ਉਹ ਸੜੀ ਪੈਣ ਡਈ ਮੈਂ ਇਹ ਵੀ ਨਾ ਕਰ ਦੇਣੀ ਜਾਣਾ ਹੀ ਨੀ ਕਰਨਾ ਜਾਣਾ ਕਿਉਂ ਨੀ ਕਰਨਾ ਮੈਂ ਉਦਾਂ ਇੱਕ ਗੱਲ ਕਰਨ ਦੀ ਆ ਕਾਦੀ ਗੱਲ ਕਰਨ ਡਈ ਆ ਤੂੰ ਤਾਂ ਮੈਨੂੰ ਹੋਰ ਉਦੀਆਂ ਹੋਰ ਸੁਣਾਉਣ ਡਈ ਆ ਹੋਰ ਤਾਂ ਨੀ ਮੇਰੀ ਜਿਹੜੀ ਗੱਲ ਤੂੰ ਲੜਦੇ ਓਏ ਆ ਵੇਖ ਲੋ ਕੀ ਗੱਲ ਹੈ ਪਤਾ ਉਹ ਮੈਂ ਆਣ ਕੇ ਦੱਸਣ ਡਿਆ ਵੀ ਮੈਨੂੰ ਕੰਮ ਮਿਲ ਗਿਆ ਵਾ ਰੁਪਿਆ 7000 ਮਿਲਣਾ ਕਰਨਾ ਅੱਗੋਂ ਹੋਰ ਦੀਆਂ ਹੋਰ ਸੁਣਾਉਣ ਡਈ ਆ ਬੁੱਧ ਤੇਰਾ ਦਿਮਾਗ ਖਰਾਬ ਆ ਅੱਜ 7 ਮਿਲਿਆ ਵਾ ਕਦੋਂ 14 ਮਿਲ ਜੂਗਾ ਹੈਂ ਡੈਡੀ ਜੀ ਮੈਂ ਕਹਿੰਦੀ ਕਿ ਚੱਲ ਕੋਈ ਹੋਰ ਚੰਗੀ ਵੇਖ ਲਓ ਕੋਈ 40-50 ਤੇ ਆਏ ਮਹੀਨੇ ਦਾ ਜਿੰਨਾ ਕੁ ਪੜਿਆ ਤੇ ਸਾਰਾ ਠੀਕ ਵਾ ਉਹ ਮੈਂ ਵੀ ਨਹੀਂ ਕਰਨੀ ਉਹ ਕਰਨੀ ਕਿਉਂ ਨਹੀਂ ਤੂੰ ਨਹੀਂ ਕਰਨੀ ਜਿੱਦਾਂ ਲੱਡਿਆ ਉਹਨਾਂ ਨੇ ਕੋ ਸਾਰ ਹੈਗੀ ਸਾਰ ਹੈਗੀ ਮੇਰੀ ਗੱਲ ਸੁਣ ਨਾ ਕੰਮ ਤੇ ਜਾਣਾ ਮੈਂ ਫੇਰੇ ਮੈਂ ਨਹੀਂ ਤੇ ਜਾਣਾ ਜੇ ਮੈਂ ਲੱਗਾ ਚੰਗੇ ਬੰਨੇ ਤੁਰਨ ਦਾ ਤਾਂ ਵੀ ਤੁਸੀਂ ਉਹ ਕੁੜੀਏ ਜੇ ਗੱਡੀ ਰੇੜੀ ਤੇ ਰਹਿਣ ਦੇ ਇਹਨੂੰ ਠੀਕ ਨਹੀਂ ਅੱਗੇ ਮਹਾ ਦਲਦਲ ਤੋਂ ਕੱਢਿਆ ਇਹਨੂੰ ਕੰਮ ਦਾ ਪਤਾ ਕਰਨ ਡਿਆ ਉਹ ਮਿਲਿਆ ਆਂਦੀ 7000 ਰੁਪਿਆ ਥੋੜਾ ਏ ਅਗਲੇ ਆਂਦੇ 50 ਰੁਪਿਆ ਰੋਜ਼ ਦਾ ਕਿਰਾਇਆ ਦਵਾਂ ਕਰਾਂਗੇ ਮੇਰੀ ਗੱਲ ਸੁਣੋ ਬਹੁਤੇ ਚਲਾਕ ਨਾ ਬਣਾ ਹੁਣ ਤੁਸੀਂ ਉਹਨੇ ਹੀ ਪਤਾ ਕੀਤਾ ਵਾ ਅਰਜਨਾ ਤੇ ਆਹ ਪਾਉਂਦੀ ਇਹਨੂੰ ਕਹੋ ਜੋ ਕਹਿਣਾ ਵਾ ਮੰਮੀ ਮੈਂ ਤੇ ਇੱਕ ਵਾਰੀ ਕਿਹਾ ਹੁਣ ਤੇ ਤੁਸੀਂ ਕਿੰਨੀ ਵਾਰੀ ਸੁਣਾਤਾ ਨਾਲੇ ਮੈਨੂੰ ਹੀ ਦੇਣੇ ਤਾਨੇਵਾਲ ਕਿ ਤੂੰ ਇੰਨਾ ਪੜ੍ਹੀਏ ਤੂੰ ਹੀ ਕੋਈ ਕੰਮ ਕਰ ਲੈ ਮੈਨੂੰ ਵੀ ਜਾਣ ਦਿਆ ਕਰੋ ਮੈਂ ਵੀ ਪਤਾ ਕਰ ਲਿਆ ਤੂੰ ਜਾਣ ਲਾ ਤੇ ਵੀ ਜਾਣ ਲਾ ਪੂਗੀ ਕੋਈ ਗੱਲ ਨਹੀਂ ਕੀ ਜਾਣਾ ਐਡਾ ਵੱਡਾ ਕੰਮ ਨਹੀਂ ਨਾ ਕੋਈ ਸੜ ਪੁੱਤ ਜੇ ਮਨ ਬਣਾ ਲਿਆ ਨਾ ਕੰਮ ਕਰਨ ਦਾ ਤੇ ਜਾ ਮੇਰਾ ਪੁੱਤ ਕੋਈ ਗੱਲ ਨਹੀਂ ਮੈਂ ਟਿਫਨ ਤਿਆਰ ਕਰ ਦਿਆ ਕਰੂੰਗੀ ਐਵੇਂ ਨਾ ਬਹੁਤੀਆਂ ਗੱਲਾਂ ਕਰੋ ਤੂੰ ਵੀ ਕਿਸੇ ਗਰੰਦ ਨੂੰ ਛੇੜ ਕੇ ਬਹਿ ਗਈ ਆ ਮੇਰੀ ਗੱਲ ਸੁਣੋ ਸਵੇਰੇ ਨਹੀਂ ਜਾਣਾ ਉਹ ਆਂਦੇ ਵੀ 10 ਤਰੀਕ ਤੋਂ ਆਵੀਂ ਜਾਂ 15 ਤੋਂ ਚੱਲ ਕੋਈ ਗੱਲ ਨਹੀਂ ਫਿਰ ਕੀ ਹੈ ਮੰਮੀ ਮੈਂ ਵੀ ਨਾ ਸ਼ਹਿਰ ਜਾਵਾਂ ਪਤਾ ਕਰਕੇ ਆਉਂਦੀ ਆ ਕਿਸੇ ਜੌਬ ਦਾ ਆਹੋ ਹੁਣ ਤੂੰ ਤੁਰ ਪੈ ਉਹ ਮੇਰੀ ਗੱਲ ਸੁਣ ਲੈ ਪਹਿਲਾਂ ਇਹਦੀ ਕਮਾਈ ਖਾਲਾ 2 ਮਹੀਨੇ ਕੀ ਕਰਦਾ ਉੱਥੇ ਹੈਗਾ ਤੇ ਮਖਟੂ ਹੈ ਡੈਡ ਜੀ ਹਾਲੇ ਤੇ ਮੈਂ ਮੂੰਹ ਕੱਢਿਆ ਪਹਿਲਾਂ ਦਵੇਂ ਮਾਂ ਪੁੱਤ ਕਹਿ ਪੈਨੇ ਤੂੰ ਜਾ ਕੇ ਕੀ ਕਰਨਾ ਤੇ ਜਿੰਨਾ ਤੇ ਮਾਂ ਨੂੰ ਮੇਰੀ ਗੱਲ ਕਰਨੀ ਆ ਨਾ ਤੁਸੀਂ ਨੇ ਮੇਰੇ ਪੁੱਤ ਦੇ ਪੇਸ਼ ਨਾ ਪੈ ਰਿਆ ਕਰੋ ਜਵੀ ਕਹਿੰਦੇ ਹੋ ਰੁਪਾਣੇ ਹੋਏ ਰਹੇ ਤੇ ਨਾ ਹੋਰ ਮੈਂ ਦੱਸੋ ਕੀ ਕਰਾਂ ਕੀ ਕਰਨਾ ਇੱਥੇ ਜੇ ਕੋ ਕਰਦਾ ਪਾਣੀ ਤੁਸੀਂ ਅੱਗੋਂ ਪੈਂਦੇ ਤੇ ਜੇ ਨਹੀਂ ਕਰਦਾ ਪਾਣੀ ਨਹੀਂ ਲੈਣ ਦਿੰਦੇ ਤੇਰੇ ਵਰਗੀ ਆਰਾਮ ਨਾਲ ਬੰਦਾ ਆਪਣਾ ਚੱਲ ਕੋਈ ਨਹੀਂ ਚੁੱਪ ਕਰ ਮੇਰਾ ਪੁੱਤ ਤੂੰ ਨਾ ਐਵੇਂ ਨਾ ਕੋਈ ਗੱਲ ਦਿਲ ਤੇ ਲਾਵੀਂ ਤੇਰੇ ਪਿਓ ਦਾ ਹੀ ਬੜਬੋਲਾ ਤੈਨੂੰ ਪਤਾ ਉਹ ਮੈਂ ਤੇ ਨਾ ਕੋ 4 ਪੈਸੇ ਕਮਾਵਾਂਗਾ ਇਹਨੂੰ ਦਵਾਂਗਾ ਓ ਇਹਦਾ ਦਿਮਾਗ ਕਿੱਥੇ ਇਹਦਾ ਦਿਮਾਗ ਜੇ ਹੁੰਦਾ ਤੇ ਆਪਣੇ ਘਰ ਨਾ ਰਹਿੰਦੀ ਭੱਜ ਗਈ ਜੰਦੀ ਚਰਨਾ ਚੱਲ ਆ ਚਲੀਏ ਐਹੋ ਗੱਲ ਹੀ ਹੈ ਨਾ ਪਹੁੰਚਾਂ ਕੇ ਮੈਨੂੰ ਸੁਣਾਉਣੀਆਂ ਹੁੰਦੀਆਂ ਇਹਨਾਂ ਨੇ ਚੰਗੇ ਵੱਲੋਂ ਕਿਹਾ ਵਾ ਤਾਂ ਵੀ ਮੈਂ ਮਾੜੀ ਹਾਂ ਤੇ ਜੇ ਮਾੜਾ ਕਹਾਂ ਤਾਂ ਤੇ ਮੈਂ ਮਾੜੀ ਹੋਣਾ ਹੀ ਹੋਣਾ ਵਾ ਇਹਨਾਂ ਦਾ ਵੀ ਕੋਈ ਹਾਲ ਨਹੀਂ ਹੈ ਜਸਵਿੰਦਰ ਹਾਂਜੀ ਓਏ ਤਾਂ ਫੋਨ ਫੜੀ ਜਰਾ ਕਿ ਮੈਂ ਫੋਨ ਲਾਉਣਾ ਸੀ ਇੱਕ ਆਈ ਤੁਹਾਡੀ ਗੁੰਜ ਪੈ ਗਈ ਹੈ ਨਹੀਂ
ਆਹੋ ਰੀਚਾਰਜ ਕਰਾਉਣ ਵਾਲਾ। ਅੱਛਾ ਮੇਰੀ ਗੱਲ ਸੁਣ, ਆਹ ਨਵ ਲਿਖਿਆ ਨੰਬਰ ਦੇ ਉੱਤੇ, ਇਹ ਨਵ ਨੂੰ ਫੋਨ ਕਰਨੀ ਆ ਤੂੰ? ਨਹੀਂ ਨਹੀਂ, ਇਹ ਤਾਂ ਨਵ ਦੀ ਸਹੇਲੀ ਦਾ ਵਾ ਨਾ, ਮੈਂ ਤਾਂ ਕਰਕੇ ਵਿੱਚ ਰੱਖਿਆ ਉਹਦਾ ਉਦਾਂ ਹੀ ਪਹਿਲਾਂ ਸ਼ੁਰੂ ਤੋਂ ਹੀ ਇੱਦਾਂ ਹੀ। ਸਹੇਲੀ ਦਾ ਕਿਉਂ ਮਤਲਬ ਇਹਦੇ ਵਿੱਚ ਨੰਬਰ ਦਾ? ਹਾਏ ਹਾਏ, ਹੁਣ ਪਹਿਲਾਂ ਦੇ ਵਿੱਚ ਐਡ ਵਾ ਤੇ ਉਹ ਹੁਣ ਮੈਨੂੰ ਨਹੀਂ ਕੱਟਣੇ ਹੁੰਦੇ, ਤੇ ਮੈਂ ਨਹੀਂ ਕੱਟੇ ਹੈਗੇ। ਜਦੋਂ ਸਹੇਲੀ ਵਾਲੀ ਚੱਲ ਗਈ ਤਾਂ ਅਸੀਂ ਸਹੇਲੀ ਨੂੰ ਕਹਿਣਾ? ਉਹ ਚੱਲ ਕੋਈ ਗੱਲ ਨਹੀਂ, ਰਹਿਣ ਦਿਓ, ਜਿੱਥੇ ਤੁਸੀਂ ਫੋਨ ਲਾਉਣਾ ਤੁਸੀਂ ਫੋਨ ਲਾ ਲਓ। ਝੂਠ ਨਾ ਬੋਲ, ਮੇਰੀ ਗੱਲ ਸੁਣ ਲੈ, ਮੈਨੂੰ ਸੱਚੀ ਦੱਸ ਗੱਲ ਕੀ ਆ? ਉਹ ਗੱਲ ਕੋਈ ਵੀ ਨਹੀਂ ਗੀ, ਤੈਨੂੰ ਦੱਸਿਆ ਤਾਂ ਹੈਗਾ ਵੀ ਸਹੇਲੀ ਦਾ ਨੰਬਰ ਵਾ ਵਿੱਚ ਹੈਗਾ, ਇਹਨੂੰ ਮੈਂ ਨਹੀਂ ਕੱਟਿਆ। ਤੂੰ ਜ਼ਰੂਰ ਕੁੜੀ ਨੂੰ ਫੋਨ ਲਾਉਂਦੀ ਹੋਏਗੀ, ਮੈਂ ਤੈਨੂੰ ਦੱਸਦਾ। ਤੈਨੂੰ ਜਦੋਂ ਮੈਂ ਕਹਿਣ ਡਿਆ ਦੱਸ ਵੀ ਹੋਇਆ ਕੀ ਆ, ਉਹਦਾ ਨੰਬਰ ਕਿੱਦਾਂ ਆ ਗਿਆ ਵਿੱਚ? ਕੁਛ ਨਾ ਪੁੱਛੋ, ਕੀ ਦੱਸਾਂ ਤੁਹਾਨੂੰ, ਝੂਠ ਬੋਲਦੀ ਆ। ਫੜਾ ਦੋ ਫੋਨ, ਆ ਪਿਆ ਤੇਰਾ ਫੋਨ, ਮੈਨੂੰ ਦੱਸ ਫੋਨ ਕਰਦੀ ਆ ਇਹਨੂੰ? ਨਹੀਂ ਮੈਂ ਨਹੀਂ ਕਰਦੀ ਫੋਨ। ਕਰਦੀ ਤੂੰ ਕਰਦੀ ਕਿਉਂ ਨਹੀਂ, ਨੰਬਰ ਆ ਵਿੱਚ ਉਹਦਾ, ਨੜਕਿਆ ਆ ਕਰਤੂਤ ਵੇਖੀ ਮਾਰਦੀ ਆਪਣੀ ਦੀ, ਕੀ ਹੋ ਗਿਆ? ਉਹਨੂੰ ਫੋਨ ਕਰਦੀ ਆ ਜਿਹੜੀ ਸਾਡੀ ਇੱਜ਼ਤ ਰੋਲ ਕੇ ਚੱਲ ਗਈ ਆ। ਤੈਨੂੰ ਮੈਂ ਕੀ ਸਮਝਾਇਆ ਸੀ ਭਰਾ ਦੁਪਹਿਰੇ ਮੰਗੀ, ਹਾਂ ਜੋ ਤੇਰੇ ਵਾਲੀ ਜੋ ਮਾਵਾਂ ਹੋਣ ਆਉਂਦੀ ਆ ਸਹਿ ਦੇਣ ਵਾਲੀਆਂ, ਤੇ ਕੁੜੀਆਂ ਨੇ ਇਹੋ ਜਿਹੇ ਕੰਮ ਕਰਨੇ ਹੀ ਕਰਨੇ ਆ। ਮੰਮੀ ਮੇਰੀ ਸੁਣਾ ਇੱਕ ਗੱਲ, ਜੇ ਤੂੰ ਚਾਹੁੰਦੀ ਆ ਨਾ ਵੀ ਉਹ ਜਿੱਥੇ ਵੀ ਹੈਗੀ ਠੀਕ ਰਹੇ, ਉਹਦਾ ਅੱਜ ਤੋਂ ਬਾਅਦ ਉਹਦਾ ਜੇ ਕਿਤੇ ਨਾਮ ਹੀ ਲਿਆ ਉਹਦਾ ਕੋਈ ਨੰਬਰ ਨੁੰਬਰ ਜੇ ਮੈਨੂੰ ਮਿਲ ਗਿਆ ਨਾ, ਤੇ ਫਿਰ ਮੇਰੇ ਤੋਂ ਬੁਰਾ ਕੋਈ ਨੀ, ਤੇ ਮੈਂ ਨਿਕਲੀ ਗਾ ਟੋਟੇ ਕਰਕੇ ਗੋਲੀ ਚ ਪਾ ਦੇਣੀ ਮੈਂ ਜਾ ਕੇ ਪਿੰਡ ਦਾ, ਮੈਨੂੰ ਪਤਾ ਲੱਗ ਗਿਆ ਹੀ। ਨਹੀਂ ਪੁੱਤ ਮੈਂ ਨੀ ਗੱਲ ਕਰਦੀ, ਜੇ ਤੂੰ ਚਾਹੁੰਦੀ ਆ ਵੀ ਉਹ ਜਿੱਥੇ ਵੀ ਹੈਗੀ ਆ ਰੋਟੀ ਪਾਣੀ ਖਾਵੇ ਆਪਣਾ ਚੰਗੀ ਰਹੇ, ਤੇ ਉਹਦੇ ਨਾਲ ਕੋਈ ਲਿੰਕ ਨੀ ਰੱਖਣਾ। ਮੈਂ ਸਮਝਾਤਾ ਸੀ ਡੈਡੀ ਇੱਕ ਵਾਰੀ, ਹੁਣ ਤੁਸੀਂ ਇੱਕ ਵਾਰੀ ਸਮਝਾ ਦੋ, ਬਾਅਦ ਚ ਫਿਰ ਮੈਨੂੰ ਨਾ ਕਿਹਾ ਮੈਂ ਕੀ ਕੀਤਾ ਕੀ ਨਹੀਂ ਕੀਤਾ। ਉਹ ਇਹਦੇ ਦਿਲ ਚ ਵਾ ਵੀ ਮੈਨੂੰ ਮਾਰਨਾ ਤੇ ਜੇਲੇ ਜਾਣ, ਜਿਹੜੇ 2020 ਤੁਰੇ ਫਿਰਦੇ ਆ ਉਹਨੂੰ ਚੰਗੇ ਕਿਉਂ ਲੱਗਦੇ? ਦੱਸਦੇ ਫਿਰ ਕੀ ਚਾਹੁੰਦੀ ਆ, ਇਹੋ ਚਾਹੁੰਦੀ ਆ ਤੇ ਫਿਰ ਦੱਸਦੇ ਚੱਲ ਜਾਂਦੇ। ਅੱਗੇ ਦੋਨੇ ਬੇੜਾ ਕਰਕੇ ਕਰਤਾ ਕਰਦਾ ਰਹਿੰਦਾ, ਹੁਣ ਤੂੰ ਕਰਦੇ। ਉਹ ਮੈਂ ਤਾਂ ਤੁਹਾਨੂੰ ਸੱਚੀ ਗੱਲ ਦੱਸਦੀ ਆ ਵੀ ਏਦਾਂ ਇੱਕ ਦਿਨ ਬੈਠੀ ਬੈਠੀ ਤੇ ਮੈਂ ਚੱਲ ਲਾ ਕੇ ਵਹਿੰਦੀ ਆ, ਤੇ ਮਾੜੀ ਜੀ ਗੱਲ ਹੋਈ ਮੈਂ ਉਸੇ ਵੇਲੇ ਬੰਦ ਕਰ ਦਿੱਤਾ। ਚੱਲ ਬੰਦ ਕਰ ਯਾਰ ਉਹਦਾ, ਹੈ ਚੱਲ ਬਸ ਕਰੋ ਹੁਣ। ਜਦੋਂ ਮੈਂ ਤੁਹਾਨੂੰ ਕਹਿੰਦਾ ਵੀ ਮਰ ਗਈ ਉਹ ਉਦੋਂ ਹੀ ਮਰ ਗਈ, ਉਹ ਸਾਡੇ ਵੱਲੋਂ ਮਰੇ ਜਿਵੇਂ ਭੁੱਖੀ ਮਰੇ ਜੋ ਮਰਜੀ, ਜੇ ਤੂੰ ਫੋਨ ਲਾਇਆ ਤੂੰ ਜਾ ਉਹਦਾ ਆ ਗਿਆ, ਨਾ ਤੇਰੀ ਖੈਰ ਨਹੀਂ ਨਾ ਉਹਦੀ ਖੈਰ, ਜੋ ਖੋਲੇ ਨਾ ਬਾਅਦ ਚ ਨਾ ਗਈ। ਮਾਵਾਂ ਧੀਆਂ ਨੇ ਘਰ ਦਾ ਹੁਣ ਤੈਨੂੰ ਉਹਦਾ ਬੜਾ ਫਿਕਰ ਚੜ ਗਿਆ ਵਾ। ਚੱਲ ਚੁੱਪ ਕਰੋ ਨੀ ਹੁਣ, ਤੁਸੀਂ ਕੋ ਫੋਨ ਲਾਇਆ ਸੀ ਗੱਲ ਨੂੰ? ਨੀ ਉਦੋਂ ਜਦੋਂ ਤੂੰ ਅਮਨ ਦੇ ਨਾਲ ਗੱਲ ਕਰਨ ਡਈ ਸੀ ਨਾ, ਮੈਂ ਸਾਰੀਆਂ ਗੱਲਾਂ ਸੁਣ ਲਈਆਂ। ਮੇਰੇ ਕੋਲ ਰਿਹਾ ਹੀ ਨੀ ਗਿਆ, ਮੈਂ ਕਿਹਾ ਚੱਲ ਲਾ ਕੇ ਵਹਿੰਦੀ ਹਾਂ, ਮੇਰੇ ਕੋਲ ਕਿੱਥੇ ਨੰਬਰ ਆਉਣਾ। ਉਹਦੀ ਸਹੇਲੀ ਨੂੰ ਮੈਂ ਫੋਨ ਕੀਤਾ, ਉਹਦੇ ਕੋਲ ਮੈਂ ਨੰਬਰ ਲਿਆ ਸੀ, ਉਦਾਂ ਮੈਨੂੰ ਕਿੱਥੇ ਪੁੱਤ ਪਤਾ ਲੱਗਣਾ ਹੈ। ਤੇ ਤੁਸੀਂ ਨਾ ਕਰਦੇ, ਜੇ ਕੀਤਾ ਸੀ ਤਾਂ ਨੰਬਰ ਹੀ ਕੱਟ ਦਿੰਦੇ ਉੱਥੋਂ। ਮੈਨੂੰ ਕੱਟਣਾ ਨਹੀਂ ਆਉਂਦਾ, ਮੈਂ ਡਰਦੀ ਨੇ ਦੱਸਿਆ ਨੀ ਵੀ ਜੇ ਦੱਸਿਆ ਤਾਂ ਘਰ ਚ ਲੜਾਈ ਪੈ ਜਾਏਗੀ। ਤੁਸੀਂ ਮੇਰੇ ਨਾਲ ਹੀ ਗੱਲ ਕਰ ਲੈਂਦੇ, ਹੁਣ ਚੁੱਪ ਕਰ ਜਾਓ ਨਾ ਰੋ। ਹੁਣ ਸਰਦੀ ਕਿਸਮਤ ਅੰਤਰੀ ਮੇਰੀ ਇਹੋ ਜਿਹੀ ਔਲਾਦ ਤੇ ਰੱਬ ਨਾ ਹੀ ਦਿੰਦਾ। ਚੱਲ ਚੁੱਪ ਕਰੋ ਹੁਣ, ਚੁੱਪ ਕਰੋ ਚੁੱਪ ਕਰੋ।